ਇੱਕ ਤੋਂ ਬਾਅਦ ਸਵਾਗਤ ਹੈ ਜੀ ਸਾਰੇ ਦਰਸ਼ਕਾਂ ਦਾ ਵਿਚਾਰ ਵਟਾਂਦਰਾ। ਅੱਜ ਅਸੀਂ ਪੰਚਾਇਤੀ ਚੋਣਾਂ ਨੂੰ ਲੈ ਕੇ ਕਰ ਰਹੇ ਹਾਂ, ਜਿਹਦੀ ਹੁਣ ਤਰੀਕ ਜਿਹੜੀ ਹੈ ਸਾਹਮਣੇ ਆ ਚੁੱਕੀ ਔਰ ਬਿਗੁਲ ਜਿਹੜਾ ਪੰਜਾਬ ਦੇ ਵਿੱਚ ਵੱਜ ਚੁੱਕਿਆ। ਦਰਸ਼ਕਾਂ ਨੂੰ ਦੱਸ ਦਈਏ ਕਿ 19 ਸਪਟੈਂਬਰ ਨੂੰ ਚੋਣਾਂ ਹੋਣਗੀਆਂ ਅਤੇ 7 ਸਪਟੈਂਬਰ ਯਾਨੀ ਕਿ ਅਖੀਰਲਾ ਦਿਨ ਹੈ ਆਪਣੇ ਨਾਮਜ਼ਦਗੀ ਭਰਨ ਦਾ ਪਰਚਾ, ਅਤੇ 10 ਤਰੀਕ ਨੂੰ ਸਕਰੂਟਨੀ ਹੋਏਗੀ ਅਤੇ 11 ਤਰੀਕ ਨੂੰ ਨਾਮ ਵਾਪਸ ਲੈ ਸਕਦਾ ਅਤੇ 22 ਤਰੀਕ ਨੂੰ ਜਿੱਥੇ ਨਤੀਜੇ ਸਾਹਮਣੇ ਆਉਣਗੇ। ਹੁਣ ਤਜਵੀਜ਼ ਇਹ ਰੱਖੀ ਜਾ ਰਹੀ ਹੈ ਮੀਡੀਆ ਰਿਪੋਰਟ ਦੇ ਵਿੱਚ, ਇਹ ਸਾਹਮਣੇ ਆ ਰਿਹਾ ਕਿ ਜਿਹੜਾ ਪੰਚਾਇਤੀ ਚੋਣਾਂ ਦੇ ਲਈ ਕੈਂਡੀਡੇਟ ਖੜਾ ਹੋਏਗਾ ਉਹਦਾ ਡੋਪ ਟੈਸਟ ਹੋਣਾ ਚਾਹੀਦਾ ਹੈ 1 ਅਤੇ ਔਰ ਇਹ ਵੀ ਸਾਹਮਣੇ ਤਜਵੀਜ਼ ਰੱਖੀ ਜਾ ਰਹੀ ਹੈ ਕਿ ਪਹਿਲਾਂ ਸਾਹਮਣੇ ਰੱਖੀ ਗਈ ਸੀਗੀ ਤਜਵੀਜ਼ ਜਿਹੜੀ ਅਸੀਂ ਦਰਸ਼ਕਾਂ ਨੂੰ ਦੱਸੀ ਵੀ ਸੀਗੀ ਕਿ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਦਾ ਡੋਪ ਟੈਸਟ ਹੋਣਾ ਚਾਹੀਦਾ। ਜਿਹੜੀ ਡੋਪ ਟੈਸਟ ਨੂੰ ਲੈ ਕੇ ਇੱਕ ਸਿਆਸਤ ਜਾਂ ਰਣਨੀਤੀ ਜਾਂ ਫਿਰ ਇੱਕ ਰੋਡ ਮੈਪ ਅਸੀਂ ਕਹੀਏ ਜਿਹੜਾ ਪੰਜਾਬ ਦੇ ਵਿੱਚ ਲਗਾਤਾਰ ਬਦਸਤੂਰ ਜਾਰੀ ਹੈ, ਉਹ ਆਖਿਰਕਾਰ ਕੀ ਕਿਸ ਵੱਲ ਜਿਹੜਾ ਲੈ ਕੇ ਜਾਂਦੀ ਹੈ ਇਸ ਰਾਜਨੀਤਿਕ ਦੀ ਰਾਜਨੀਤੀ ਤਸਵੀਰ ਨੂੰ। ਔਰ ਸੋਚਣ ਦੇ ਵਿੱਚ ਇਹ ਵੀ ਸਾਹਮਣੇ ਆਉਂਦਾ ਕਿ ਕੀ ਪੰਚਾਇਤ ਚੋਣਾਂ ਦੇ ਲਈ ਜਿਹੜੀ ਹੁਣ ਗੱਲ ਸਾਹਮਣੇ ਆ ਰਹੀ ਹੈ ਡੋਪ ਟੈਸਟ ਦੀ, ਉਹ ਫਾਈਨਲ ਹੈ ਕਿ ਨਹੀਂ। ਇਹ ਜਿਹੜੇ ਕੁਐਸਚਨ ਮਾਰਕ ਨੇ ਬਣੇ ਹੋਏ ਨੇ ਫਿਲਹਾਲ, ਹਜੇ ਜਿਹੜੀ ਤਸਵੀਰ ਸਾਹਮਣੇ ਆਈ ਹੈ ਡੋਪ ਟੈਸਟ ਨੂੰ ਲੈ ਕੇ ਤਾਂ ਫਾਈਨਲ ਨਹੀਂ ਹੈਗਾ, ਲੇਕਿਨ ਇਹ ਤਸਵੀਰ ਜਿਹੜੀ ਆ ਰੱਖੀ ਗਈ ਆ। ਹੁਣ ਕੀ ਅਗਰ ਡੋਪ ਟੈਸਟ ਕਰਾਇਆ ਜਾਂਦਾ ਹੈ ਕੈਂਡੀਡੇਟ ਦਾ ਤਾਂ ਉਹਦਾ ਕੀ ਨਫ਼ਾ ਹੋਏਗਾ, ਕੀ ਨੁਕਸਾਨ ਹੋਏਗਾ? ਖੈਰ ਦਰਸ਼ਕ ਤਾਂ ਇਹੀ ਦੱਸਣਗੇ ਕਿ ਕਿੱਥੇ ਨਾ ਕਿੱਥੇ ਨਫ਼ਾ ਹੀ ਹੁੰਦਾ ਹੈ, ਲੇਕਿਨ ਕੀ ਹੁਣ ਇਹ ਜ਼ਰੂਰੀ ਹੈ? ਪੁਲਿਸ ਮੁਲਾਜ਼ਮਾਂ ਦੀ ਗੱਲ ਆਈ ਸੀਗੀ, ਸਰਕਾਰੀ ਮੁਲਾਜ਼ਮਾਂ ਦੀ ਵੀ ਪਹਿਲਾਂ ਗੱਲ ਆਈ ਸੀਗੀ। ਤਜਵੀਜ਼ ਇਹ ਵੀ ਰੱਖੀ ਜਾ ਰਹੀ ਹੈ ਕਿ ਜਿਹੜੇ ਕੈਂਡੀਡੇਟ ਨੇ ਉਹ ਘੱਟ ਤੋਂ ਘੱਟ ਮੈਟ੍ਰਿਕ ਪਾਸ ਹੋਣੇ ਚਾਹੀਦੇ ਹਨ। ਇਹ ਵੀ ਇੱਕ ਨਵੀਂ ਤਜਵੀਜ਼ ਸਾਹਮਣੇ ਆ ਰਹੀ ਹੈ ਕਿ ਹੁਣ ਜਿਹੜਾ ਪੰਚਾਇਤੀ ਚੋਣਾਂ ਦੇ ਲਈ ਜਿਹੜਾ ਕੈਂਡੀਡੇਟ ਖੜਾ ਹੋ ਰਿਹਾ ਉਹ ਮੈਟ੍ਰਿਕ ਪਾਸ ਹੋਣਾ ਚਾਹੀਦਾ, ਯਾਨੀ ਕਿ ਪੜ੍ਹਾ ਲਿਖਾ ਹੋਣਾ ਚਾਹੀਦਾ ਤਾਂ ਕਿ ਆਪਣੇ ਉਹ ਹਲਕੇ ਦੇ ਆਪਣੇ ਉਹ ਪਿੰਡ ਦੇ ਮਸਲਿਆਂ ਨੂੰ ਸਮਝ ਸਕੇ ਔਰ ਉਹਨਾਂ ਦੇ ਉੱਤੇ ਵਿਚਾਰ ਕਰ ਸਕੇ। ਲੇਕਿਨ ਕੀ ਇਹ ਪੰਜਾਬ ਦੇ ਵਿੱਚ ਹੋ ਸਕਦਾ ਹੈ? ਕੀ ਇਹਨੂੰ ਇੰਪਲੀਮੈਂਟ ਕੀਤਾ ਜਾ ਸਕਦਾ ਹੈ? ਜੇਕਰ ਹੁੰਦਾ ਹੈ ਤਾਂ ਆਖਿਰਕਾਰ ਪੰਜਾਬ ਦੇ ਭਵਿੱਖ ਨੂੰ ਕਿਸ ਤਰੀਕੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਵੇਖਿਆ ਜਾ ਸਕਦਾ? ਕੀ ਇਹਨਾਂ ਸਾਰੀ ਗੱਲਾਂ ਦੇ ਉੱਤੇ ਅਮਲੀਜ਼ਾਮਾ ਅਪਣਾਇਆ ਜਾ ਸਕਦਾ ਹੈ ਅਤੇ ਸਿਰਫ ਸਿਆਸਤ ਹੁੰਦੀ ਹੋਈ ਵਿਖਾਈ ਦੇ ਰਹੀ ਹੈ ਲੇਕਿਨ ਹਜੇ ਤੱਕ ਕੋਈ ਵੀ ਇੰਪਲੀਮੈਂਟੇਸ਼ਨ ਜਿਹੜੀ ਹੈ ਜ਼ਮੀਨੀ ਪੱਧਰ 'ਤੇ ਉਹ ਨਹੀਂ ਦਿਖਾਈ ਦਿੱਤੀ। ਗੱਲਾਂ ਤਾਂ ਹੋ ਗਈਆਂ, ਵਿਚਾਰ ਤਾਂ ਹੋ ਗਏ, ਰੋਡ ਮੈਪ ਤਾਂ ਤਿਆਰ ਹੋ ਗਿਆ, ਲੇਕਿਨ ਗਰਾਊਂਡ ਲੈਵਲ 'ਤੇ ਹਜੇ ਗੱਲ ਉੱਥੇ ਦੀ ਉੱਥੇ ਹੀ ਹੈ ਕਿ ਆਖਿਰਕਾਰ ਜਿਹੜੀ ਪਾਰਟੀ ਫਿਕਰਮੰਦ ਹਨ, ਜਿਹੜੀ ਵਚਨਬੰਧ ਹਨ। ਜ਼ਿਕਰਯੋਗ ਹੈ ਕਿ ਅੱਜ ਤੱਕ ਪੰਜਾਬ ਦੀ ਸਿਆਸਤ ਜਿਹੜੀ ਹੈ ਉਹ ਸਿਰਫ ਭੱਖਦੀ ਹੋਈ ਆਈ ਹੈ, ਉਹਨਾਂ ਦੇ ਉੱਤੇ ਸਿਆਸੀ ਲਾਹਾ ਜਿਹੜਾ ਹਰ ਪਾਰਟੀ ਨੇ ਲਿੱਤਾ, ਲੇਕਿਨ ਕਾਬਲ ਗੌਰ ਹੈ ਕਿ ਅੱਜ ਤੱਕ ਕਿਸੇ ਨੇ ਵੀ ਉਸ ਸਿਆਸੀ ਫਾਇਦੇ ਨੂੰ ਅਮਲੀ ਜਾਮਾ ਨਹੀਂ ਬਣਾਇਆ। ਇਹ ਤਾਂ ਇਤਿਹਾਸ ਗਵਾਹ ਹੈਗਾ ਪੰਜਾਬ ਦੀ ਸਿਆਸਤ ਦੇ ਵਿੱਚ। ਲੇਕਿਨ ਹੁਣ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਹਨ, ਆਖਿਰਕਾਰ ਇਸ ਚੋਣਾਂ ਦੇ ਵਿੱਚ ਕੀ ਕੁਝ ਵੇਖਣ ਨੂੰ ਮਿਲੇਗਾ ਵੱਖ ਵੱਖ ਪਾਰਟੀਆਂ ਦੇ ਵੱਲੋਂ, ਇਸ ਨੂੰ ਲੈ ਕੇ ਅੱਜ ਵਿਚਾਰ ਵਟਾਂਦਰਾ ਅਸੀਂ ਕਰ ਰਹੇ ਹਾਂ। ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਐਨਾਲਿਸਿਸ ਕਰਨ ਦੇ ਲਈ ਨਵੀਨ ਸ਼ਰਮਾ, ਜੋ ਕਿ ਲਗਾਤਾਰ ਸਾਡੇ ਪ੍ਰੋਗਰਾਮ ਦੇ ਵਿੱਚ ਆਉਂਦੇ ਹਨ। ਜਦ ਪੰਜਾਬ ਦੀ ਸਿਆਸਤ ਦੀ ਗੱਲ ਹੁੰਦੀ ਹੈ, ਪੰਜਾਬ ਦੇ ਉਹਨਾਂ ਭਖਦੇ ਮਸਲਿਆਂ ਦੀ ਗੱਲ ਹੁੰਦੀ ਹੈ ਤਾਂ ਵਿਚਾਰ ਕਰਨਾ ਲਾਜ਼ਮੀ ਬਣ ਜਾਂਦਾ ਸਟੂਡੀਓ ਦੇ ਵਿੱਚ ਵੀ, ਔਰ ਵਿਚਾਰ ਕਰਨਾ ਲਾਜ਼ਮੀ ਬਣ ਜਾਂਦਾ ਤੁਹਾਡੇ ਨਾਲ ਵੀ, ਔਰ ਜਦ ਤੁਸੀਂ ਕੋਲ ਕਰਕੇ ਆਪਣੇ ਪ੍ਰਤੀਕਰਮ ਆਪਣੇ ਤਰਕ ਸਾਨੂੰ ਦਿੰਦੇ ਹੋ। ਨਵੀਨ ਜੀ, ਸਭ ਤੋਂ ਪਹਿਲਾਂ ਮੈਂ ਤੁਹਾਡਾ ਅੱਜ ਦੇ ਮੁੱਦੇ ਦੇ ਵਿੱਚ ਸਵਾਗਤ ਕਰਨਾ ਚਾਹਾਂਗਾ, ਉਸ ਤੋਂ ਬਾਅਦ ਆਈ ਵੁੱਡ ਲਾਈਕ ਟੂ ਨੋ ਯੂਰ ਓਪਨਿੰਗ ਕਮੈਂਟ ਔਨ ਪੰਚਾਇਤ ਚੋਣਾਂ। ਦੇਖੋ ਅਕੀਰਤ, ਜਿਹੜੀਆਂ ਪੰਚਾਇਤਾਂ ਨੇ ਪੰਜਾਬ ਦੀਆਂ, ਇਹਨੂੰ ਤੁਸੀਂ ਕਹਿ ਸਕਦੇ ਇਟਸ ਅ ਪਾਵਰ ਸੈਂਟਰ। ਇਹਨਾਂ ਨੂੰ ਹੱਥ 'ਚ ਕਬਜ਼ੇ 'ਚ ਲੈਣਾ ਜਾਂ ਇਹਨਾਂ ਦੇ ਉੱਤੇ ਰਾਜ ਕਰਨਾ ਜਾਂ ਇਹਨਾਂ ਦੇ ਵਿੱਚ ਆਪਣੇ ਕੈਂਡੀਡੇਟਾਂ ਨੂੰ ਜਿਤਾਉਣਾ, ਇਹ ਹਰ ਪੋਲੀਟੀਕਲ ਪਾਰਟੀ ਦਾ ਲਈ ਬੜਾ ਮੈਂਡੇਟਰੀ ਔਰ ਜ਼ਰੂਰੀ ਮੰਨਿਆ ਜਾਂਦਾ, ਕਿਉਂਕਿ ਪੰਜਾਬ ਦੀ ਪੂਰੀ ਜੋ ਇਕਨੋਮਿਕਸ ਹੈ ਜਾਂ ਪੂਰਾ ਅਰਥ ਵਿਵਸਥਾ ਪਿੰਡਾਂ ਨਾਲ ਜੁੜੀ ਹੋਈ ਹੈ। ਔਰ ਜਦੋਂ ਤੁਸੀਂ ਪਿੰਡਾਂ ਦੇ ਵਿੱਚ ਹੀ ਆਪਣੀ ਪਾਵਰ ਬਿਠਾ ਲੈਂਦੇ ਹੋ, ਆਪਣੇ ਬੰਦੇ ਬਿਠਾ ਲੈਂਦੇ ਹੋ, ਸਰਪੰਚ ਪੰਚ ਤੁਹਾਡੇ ਹੋ ਜਾਂਦੇ ਆ, ਜ਼ਿਲ੍ਹਾ ਪ੍ਰੀਸ਼ਦਾਂ ਤੁਹਾਡੀਆਂ ਹੋ ਜਾਂਦੀਆਂ, ਅਤੇ ਪੋਲੀਟੀਕਲ ਪਾਰਟੀ ਹੋਰ ਮਜ਼ਬੂਤ ਹੋ ਜਾਂਦੀ ਹੈ ਜੀ, ਜੋ 10 ਸਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ, ਜੋ 10 ਸਾਲ ਸ਼੍ਰੋਮਣੀ ਅਕਾਲੀ ਦਲ ਦੀ। ਔਰ ਇਹ ਵੀ ਟ੍ਰੈਂਡ ਤੁਸੀਂ ਮੰਨ ਕੇ ਚੱਲੋ, ਪੰਜਾਬ ਔਰ ਹਰਿਆਣਾ ਦੇ ਵਿੱਚ ਹਮੇਸ਼ਾ ਹੋਇਆ ਕਿ ਜਿਹੜੀ ਵੀ ਸੱਤਾਰੂੜ ਪਾਰਟੀ ਹੁੰਦੀ ਹੈ ਤੁਸੀਂ ਉਹ ਸੱਤਾਰੂੜ ਪਾਰਟੀ ਹੀ ਜਾ ਕੇ ਪੰਚਾਇਤਾਂ ਦੇ ਵਿੱਚ ਆਪਣੇ ਕੈਂਡੀਡੇਟ ਜਿਤਾ ਲੈਂਦੀ ਹੈ, ਕਿਉਂਕਿ ਹਵਾ ਬਣੀ ਹੁੰਦੀ ਹੈ। ਔਰ ਇਹ ਵੀ ਕਿਹਾ ਜਾਂਦਾ ਕਿ ਕਿਉਂਕਿ ਪੂਰਾ ਪ੍ਰਸ਼ਾਸਨ ਅਮਲਾ ਸਾਰਾ ਉਹਨਾਂ ਦਾ ਹੁੰਦਾ, ਔਰ ਇਹ ਵੀ ਚੀਜ਼ ਹੁੰਦੀ ਕਿ ਜਿਹੜੇ ਆਪਣੇ ਹੋਲਡ ਹੁੰਦਾ ਉਹ ਗੌਰਮੈਂਟ ਦਾ ਹੁੰਦਾ, ਅਤੇ ਗੌਰਮੈਂਟ ਹੀ ਨੀਚੇ ਉਸ ਹਿਸਾਬ ਨਾਲ ਜਿੱਤ ਲੈਂਦੀ ਹੈ। ਔਰ ਇਹਦਾ ਪੋਲੀਟੀਕਲ ਮਾਈਲੇਜ ਜੋ ਸਾਨੂੰ ਲੱਗ ਰਿਹਾ ਕਿ ਕਾਂਗਰਸ ਨੂੰ ਮਿਲਣ ਵਾਲਾ ਹੈ, ਕਿਉਂਕਿ ਜਿਹੜੀਆਂ ਓਪੋਜੀਸ਼ਨ ਪਾਰਟੀਆਂ ਹੁਣ ਸ਼੍ਰੋਮਣੀ ਅਕਾਲੀ ਦਲ ਲਓ ਅਤੇ ਉਹ ਆਪਣੀ ਕੜਿੱਕੀ 'ਚ ਫਸੀ ਹੋਈ ਹੈ, ਉਹ ਬਹਿਬਲ ਕਲਾਂ ਵਾਲੇ ਜਿਹੜੇ ਫਾਇਰਿੰਗ ਦਾ ਰਿਪੋਰਟ ਆਈ, ਔਰ ਸਭ ਤੋਂ ਵੱਡੀ ਜਿਹੜੀ ਆਮ ਆਦਮੀ ਪਾਰਟੀ ਹੈ ਜਿਹੜੀ ਓਪੋਜੀਸ਼ਨ ਮੇਨ ਪਾਰਟੀ ਹੈ, ਉਹਨਾਂ ਦੀ ਮੈਨੂੰ ਉਹ ਲੜਨਾ ਤਾਂ ਜਾ ਰਹੇ ਨੇ ਇਲੈਕਸ਼ਨ, ਪਰ ਮੈਨੂੰ ਉਹਨਾਂ ਦੀ ਕੋਈ ਗਰਾਊਂਡ ਵਰਕ ਕੋਈ ਤਿਆਰੀ ਲੱਗ ਨਹੀਂ ਰਹੀ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ 10 ਸਾਲ ਰਾਜ ਕੀਤਾ,
ਤੁਸੀਂ ਤੁਹਾਨੂੰ ਯਾਦ ਹੋਗਾ ਜਿਹੜੇ ਵੱਡੇ ਬਾਦਲ ਸਾਹਿਬ ਨੇ, ਪ੍ਰਕਾਸ਼ ਸਿੰਘ ਬਾਦਲ, ਇਹ ਸੰਗਤ ਦਰਸ਼ਨ ਕਰਦੇ ਸੀ ਪਿੰਡਾਂ ਦੇ ਵਿੱਚ ਜਾ ਕੇ, ਡੀਸੀ ਨੂੰ ਨਾਲ ਲੈ ਕੇ ਜਾਂਦੇ ਸੀ, ਡਿਪਟੀ ਕਮਿਸ਼ਨਰ ਨੂੰ ਸੰਗਤ ਦਰਸ਼ਨ ਕਰਕੇ ਉੱਥੇ ਦੇ ਪੰਚਾਂ ਸਰਪੰਚਾਂ ਨੂੰ ਬੁਲਾਉਂਦੇ ਸੀ, ਪਿੰਡ ਵਾਲਿਆਂ ਨੂੰ ਬੁਲਾਉਂਦੇ ਸੀ, ਸ਼ਗਨ ਸਕੀਮ ਦੂਜੀਆਂ ਸਕੀਮਾਂ ਦੇ ਸਾਰੇ ਚੈੱਕ ਵੰਡੇ ਜਾਂਦੇ ਸੀ, ਔਰ ਇਹ ਵੀ ਕਿਹਾ ਜਾਂਦਾ ਸੀ ਕਿ ਵੱਡੇ ਬਾਦਲ ਸਾਹਿਬ ਹਰ ਪਿੰਡ ਦੇ ਵਿੱਚ ਸਰਪੰਚ ਨੂੰ ਬਾਈ ਨੇਮ ਜਾਣਦੇ ਸੀ, ਜਦੋਂ ਕਿਸੇ ਪਿੰਡ ਦੇ ਵਿੱਚ ਜਾਂਦੇ ਸੀ ਤਾਂ ਕਹਿੰਦੇ ਹਾਂ ਵੀ ਸੰਤਾ ਸਿੰਘ ਇੱਧਰ ਆ, ਹਾਂ ਵੀ ਸੱਜਣ ਸਿੰਘ ਇੱਧਰ ਆ, ਇੱਦਾਂ ਹੀ ਉਹਨਾਂ ਦਾ ਇੱਕ ਪਬਲਿਕ ਇੱਕ ਨਾ ਪਰਸਨਲ ਇੰਟਰੈਕਸ਼ਨ ਸੀਗਾ, ਕਿਉਂਕਿ ਇੰਨੇ ਸਾਲ ਦੀ ਉਹਨਾਂ ਦੀ ਸਿਆਸਤ ਹੈ, ਇੰਨੀ ਵਾਰੀ ਉਹ ਇੰਨੇ ਟਰਮ ਦੇ ਵਿੱਚ ਮੁੱਖ ਮੰਤਰੀ ਰਹਿ ਚੁੱਕੇ ਅਤੇ ਉਹ ਸਾਰਿਆਂ ਨੂੰ ਵਨ ਟੂ ਵਨ ਜਾਣਦੇ ਸੀ, ਸਭ ਦੇ ਦੁੱਖ ਸੁੱਖ 'ਚ ਸ਼ਾਮਿਲ ਹੁੰਦੇ ਸੀਗੇ। ਇਹ ਪ੍ਰੋਬਲਮ ਹੁਣ ਆਮ ਆਦਮੀ ਪਾਰਟੀ ਨੂੰ ਆਉਣ ਵਾਲੀ ਹੈ, ਆਮ ਆਦਮੀ ਪਾਰਟੀ ਵਾਲੇ ਸ਼ਹਿਰਾਂ 'ਚ ਬੇਸ ਨਹੀਂ ਬਣਿਆ, ਆਮ ਆਦਮੀ ਪਾਰਟੀ ਕਿਹੜੇ ਮੂੰਹ ਨਾਲ ਕਿਹੜੀ ਤਿਆਰੀ ਦੇ ਨਾਲ ਜਾ ਕੇ ਪੰਚਾਇਤ ਚੋਣਾਵਾਂ ਲੜੇਗੀ, ਉਹਨਾਂ ਦੇ ਆਪਣੇ ਲੜਾਈ ਝਗੜੇ ਆ। ਇਹਨਾਂ ਨੇ ਇੱਕ ਹੋਰ ਗਲਤੀ ਕੀਤੀ ਆ, ਤੁਸੀਂ ਕਹੋ ਜਿਹੜੀ ਇਹਨਾਂ ਦੀ ਆਪਸੀ ਬਗਾਵਤ ਸੀਗੀ, ਇਹਨਾਂ ਨੇ ਕੀ ਕੀਤਾ, ਦੋ ਪਾਰਟੀ ਦੋ ਧੜਿਆਂ 'ਚ ਵੱਧ ਗਈ, ਬਗਾਵਤ ਹੋ ਗਈ। ਇਹਨਾਂ ਨੇ ਰੀਸੈਂਟਲੀ ਹੁਣ ਕੀ ਕੀਤਾ, ਜਿਹੜੀ ਪ੍ਰਦੇਸ਼ ਦੀ ਕਮੇਟੀ ਸੀ, ਓਵਰਸੀਜ਼ ਵਿੰਗ ਸੀਗੇ, ਇਹਨਾਂ ਨੇ ਸਾਰੇ ਬੰਦੇ ਚੇਂਜ ਕਰ ਦਿੱਤੇ, ਸਾਰੀ ਚੇਂਜ ਕਰਕੇ ਨਵੇਂ ਬੰਦੇ ਲਾਏ ਨੇ। ਹੁਣ ਨਵੇਂ ਬੰਦੇ ਹਾਲੇ ਇੱਕ ਦੂਜੇ ਨੂੰ ਅੱਛੀ ਤਰ੍ਹਾਂ ਜਾਣਦੇ ਵੀ ਨਹੀਂ ਹੋਣੇ, ਮੈਨੂੰ ਇਹ ਡਾਊਟ ਹੈ ਕਿ ਇਹ ਜਿਹੜੇ ਨਵੇਂ ਬੰਦੇ ਨੇ, ਨਵੀਂ ਕਮੇਟੀ ਹੈ, ਨਵੇਂ ਮੈਂਬਰ ਨੇ, ਇਹ ਗਰਾਊਂਡ ਵਰਕ ਜਾ ਕੇ ਕੀ ਕਰਨਗੇ, ਹੁਣ ਕਿਹੜੇ ਪਿੰਡ ਕਿਹੜੇ ਸਰਪੰਚ ਨੂੰ ਜਾ ਕੇ ਇਹ ਕਨਵਿੰਸ ਕਰਨਗੇ ਕਿ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟ ਦਿਓ। ਇਹਦਾ ਮੈਨੂੰ ਇਹ ਲੱਗ ਰਿਹਾ ਕਿ ਉੱਧਰ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਅੱਛਾ ਬੇਸ ਹੈ ਰੂਰਲ ਲੈਵਲ 'ਤੇ, ਨੋ ਡਾਊਟ, ਪਰ ਉਹ ਆਪਣੇ ਪੋਲੀਟੀਕਲ ਕ੍ਰਾਈਸਿਸ ਦੇ ਵਿੱਚ ਇੰਨੇ ਫਸੇ ਹੋਏ ਨੇ ਕਿ ਆਈ ਡੋਂਟ ਫਾਈਂਡ ਮਤਲਬ ਐਨੀ ਰੀਜ਼ਨ ਕਿ ਉਹ ਕਿੱਦਾਂ ਉਹਨੂੰ ਫੇਸ ਕਰਨਗੇ। ਔਰ ਦੂਸਰੇ ਪਾਸੇ ਪੋਲੀਟੀਕਲ ਮਾਈਲੇਜ ਕਾਂਗਰਸ ਨੂੰ ਮਿਲਣ ਵਾਲੀ ਹੈ, ਕਿਉਂਕਿ ਦੇ ਆਰ ਇਨ ਪਾਵਰ ਐਂਡ ਦੇ ਆਰ ਗੋਇੰਗ ਟੂ ਮੇਕ ਮੋਸਟ ਆਫ ਦੈਮ ਪੋਲੀਟੀਕਲ ਮਾਈਲੇਜ ਮਿਊਨਿਸਪਲ ਕਾਰਪੋਰੇਸ਼ਨ ਇਲੈਕਸ਼ਨਸ ਦੇ ਵਨ ਪੋਲੀਟੀਕਲ ਸਤਾ ਹੁੰਦਾ ਸਰ, ਕਿ ਜੋ ਸਰਕਾਰ ਸੱਤਾ 'ਚ ਹੁੰਦੀ ਹੈ ਉਹਦੇ ਹੱਥ 'ਚ ਹੋਲਡ ਹੁੰਦਾ ਹੈ, ਐਂਡ ਦੇ ਉਹ ਹਵਾ ਵੀ ਉਸ ਹਿਸਾਬ ਨਾਲ ਚੱਲਦੀ ਹੈ। ਸੋ ਆਈ ਐਮ ਨਾਟ ਪ੍ਰੈਡਿਕਟਿੰਗ ਇਟ, ਬਟ ਕਾਂਗਰਸ ਵਿਲ ਗੈਟ ਮਾਈਲੇਜ ਆਊਟ ਆਫ ਇਟ ਬਿਕੋਜ਼ ਆਫ ਦ ਵੀਕ ਆਪੋਜੀਸ਼ਨ ਪਾਰਟੀ। ਓਕੇ, ਵਾਟ ਡੂ ਯੂ ਥਿੰਕ ਇਫ ਕਾਂਗਰਸ ਵਿਲ ਕਮ ਅੰਡਰ ਦਿਸ ਪੰਚਾਇਤੀ ਚੋਣ, ਅਗਰ ਜਿੱਤ ਕੇ ਸਾਹਮਣੇ ਆ ਜਾਂਦੀ ਹੈ ਤੇ MLA ਵੀ ਉਹਨਾਂ ਦੇ, MC ਵੀ ਉਹਨਾਂ ਦੇ, ਫਿਰ ਮੈਨੂੰ ਲੱਗਦਾ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਕੋਈ ਵੀ ਇਹ ਨਹੀਂ ਰਹੇਗਾ ਬਿਆਨ ਦੇਣ ਨੂੰ ਕਿ ਸਾਡੀ ਸਰਕਾਰ ਨਹੀਂ ਹੈ ਜਾਂ ਫਿਰ ਸਾਡੇ ਜ਼ਮੀਨੀ ਹੇਠਲੇ ਪੱਧਰ ਦੇ ਸਾਡੇ ਲੋਕ ਨਹੀਂ ਹੈਗੇ। ਇਹਨੂੰ ਦੇਸੀ ਭਾਸ਼ਾ 'ਚ ਕਹਿ ਸਕਦੇ ਖਾਤਾ ਪੂਰਾ ਹੋ ਜਾਏਗਾ ਜੀ, ਉੱਪਰੋਂ ਤੱਕ ਚੱਲਦੇ ਤੇ ਤੁਹਾਡੇ ਗਰਾਊਂਡ ਉੱਪਰ ਫਰੋਮ ਟੌਪ ਲੈਵਲ, ਫਰੋਮ MP, MLA, ਫਰੋਮ ਮਿਊਨਿਸਪਲ ਕਮਿਸ਼ਨਸ, ਕਮਿਸ਼ਨਰ ਇਨ ਫੋਰ ਸਿਟੀਜ਼, ਔਨ ਟੌਪ ਆਫ ਦੈਟ ਦੇ ਹੈਵ ਲੋਕ ਸਭਾ ਚੋਣਾਂ। ਤੇ ਲੋਕ ਸਭਾ ਉਹਨਾਂ ਨਾਲ ਕੀ ਹੋਏਗਾ ਕਿ ਤੁਹਾਨੂੰ ਗਰਾਊਂਡ ਵਰਕ, ਤੁਹਾਨੂੰ ਇੱਕ ਤੇ ਐਸਿਡ ਟੈਸਟ ਹੈ, ਕਾਂਗਰਸ ਨੂੰ ਵੀ ਪਤਾ ਲੱਗ ਜਾਏਗਾ ਇਸ ਟਾਈਮ ਕਿੰਨੇ ਪਾਣੀ 'ਚ ਹੈ, ਔਰ ਅਗਰ ਉਹ ਪੰਚਾਇਤ ਇਲੈਕਸ਼ਨਾਂ 'ਚ ਅੱਛਾ ਪਰਫਾਰਮ ਕਰ ਜਾਂਦੇ ਆ ਤਾਂ ਇਟ ਮੀਨਸ ਕਾਂਗਰਸ ਦਾ ਵਿਲੇਜ ਲੈਵਲ 'ਤੇ, ਪਿੰਡਾਂ ਦੇ ਲੈਵਲ 'ਤੇ, ਪੰਚਾਂ ਸਰਪੰਚਾਂ ਦੇ ਲੈਵਲ 'ਤੇ ਅੱਛਾ ਹੋਲਡ ਹੈ, ਔਰ ਅਗਰ ਉਹ ਪੰਚਾਂ ਸਰਪੰਚਾਂ ਦੇ ਵਿੱਚ ਵੀ ਆਪਣਾ ਹੋਲਡ ਬਣਾ ਲੈਂਦੇ ਆ, ਸੋ ਦਿਸ ਇਜ਼ ਗੋਇੰਗ ਟੂ ਹੈਲਪ ਦੈਮ ਇਨ 2024 ਜਿਹੜੀਆਂ ਲੋਕ ਸਭਾ ਚੋਣਾਂ ਹੋਣਗੀਆਂ ਉਹਦੇ 'ਚ ਹੋਏ। ਯੂ ਟੋਲਡ ਅਬਾਊਟ ਪ੍ਰਕਾਸ਼ ਸਿੰਘ ਬਾਦਲ ਕਿ ਦੈਟ ਹੀ ਨੋ ਐਵਰੀਵਨ ਬਾਏ ਹਿਸ ਫੇਸ, ਹੈ ਨਾ, ਉਹਨਾਂ ਨੂੰ ਆਈਡੈਂਟੀ ਸਾਰਿਆਂ ਦੀ ਪਤਾ ਹੁੰਦੀ ਸੀ ਖੁਦ। ਹਾਂਜੀ, ਅੱਛਾ, ਜਦੋਂ ਆਪਾਂ ਇੱਥੇ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਲਈਏ, ਚਲੋ ਹਜੇ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਕਰਦੇ, ਲੈਟਸ ਟਾਕ ਅਬਾਊਟ ਕੈਪਟਨ ਅਮਰਿੰਦਰ ਸਿੰਘ। ਸੋ ਵਟ ਯੂ ਥਿੰਕ ਅਬਾਊਟ ਹਿਸ ਪਰਸਨੈਲਿਟੀ ਓਨ ਦਿਸ? ਨਹੀਂ, ਪਰ ਮੈਂ ਇੱਕ ਗੱਲ ਦਾ ਮਤਲਬ ਵਾਊਚ ਨਹੀਂ ਕਰਦਾ, ਨਾ ਮੈਂ ਇਸ ਚੀਜ਼ ਨੂੰ ਗਰੰਟੀ ਦਿੰਦਾ ਕਿ ਉਹ ਵੀ ਪੰਚਾਂ ਸਰਪੰਚਾਂ ਨੂੰ ਬਾਈ ਨੇਮ ਬਾਈ ਫੇਸ ਪਹਿਚਾਣਦੇ ਹੋਣਗੇ। ਹੀ ਡਜ਼ਨਟ ਹੈਵ ਦੈਟ ਕਾਈਂਡ ਆਫ ਰੂਰਲ ਕਨੈਕਸ਼ਨ ਵਿਦ ਪੀਪਲ, ਹੀ ਡਜ਼ ਨਾਟ ਹੈਵ ਦੈਟ, ਬਟ ਓਨਲੀ ਐਡਵਾਂਟੇਜ ਕੈਪਟਨ ਅਮਰਿੰਦਰ ਸਿੰਘ ਐਂਡ ਪੰਜਾਬ ਕਾਂਗਰਸ ਹੈਜ਼ ਦਿਸ ਕਿ ਦੇ ਆਰ ਇਨ ਪਾਵਰ। ਉਹ ਹੈ ਕਿ ਲੋਕਾਂ ਨੂੰ ਵੀ ਲੱਗੇਗਾ ਕਿ ਹਵਾ ਇੱਧਰ ਦੀ ਹੈ, ਕਾਂਗਰਸ ਪਾਵਰ 'ਚ ਹੈ, ਮਿਊਨਸਪਲ ਕਮਿਸ਼ਨ ਇਹਨਾਂ ਦੀਆਂ ਸਰਕਾਰ 'ਚ ਬੈਠੇ ਹੈ, ਅਤੇ ਪੰਚ ਸਰਪੰਚ ਵੀ ਜੇ ਇਹਨਾਂ ਦੇ ਹੋਣਗੇ ਤਾਂ ਪਿੰਡਾਂ ਦਾ ਵਿਕਾਸ ਤੇਜ਼ ਹੋ ਜਾਏਗਾ। ਚਲੋ, ਇਹ ਜਿਹੜੇ ਕਾਂਗਰਸ ਕੈਂਡੀਡੇਟ ਨੇ, ਵਿਕਾਸ ਤੇਜ਼ ਹੋਏਗਾ ਕਿ ਫਿਰ ਕਿੱਥੇ ਉਹ ਦੌਰ ਨਾਲ ਵੇਖਣਾ ਪੈ ਜਾਏ ਜੋ ਕਿ ਦੌਰ 10 ਸਾਲਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਟਾਈਮ ਦੇ ਵਿੱਚ ਪੰਜਾਬ ਨੇ ਵੇਖਿਆ, ਸਭ ਕੁਝ ਇਹਨਾਂ ਦਾ ਹੋ ਜਾਏਗਾ, ਕਿਤੇ ਇਹ ਦੌਰ ਇੱਥੇ ਵੀ ਨਾ ਦੇਖਣਾ ਪੈ ਜਾਏ। ਦੌਰ ਦੇਖੋ ਸਭ ਕੁਝ ਹੋ ਜਾਏਗਾ, ਇਹ ਵੀ ਮੰਨਦੇ ਹਾਂ, ਪਿੰਡਾਂ ਇਹ ਵੀ ਕਹਿੰਦੇ ਹਾਂ ਕਿ ਪਿੰਡਾਂ ਦਾ ਵਿਕਾਸ ਹੋਇਆ, ਅਸੀਂ ਖੁਦ ਵੀ ਦੇਖਿਆ ਕਈ ਪਿੰਡਾਂ ਦੇ ਵਿੱਚ ਜਾ ਕੇ ਪਿੰਡਾਂ ਦਾ ਵਿਕਾਸ 10 ਸਾਲਾਂ 'ਚ ਹੋਇਆ। ਉਹ ਇਸ ਵਾਸਤੇ ਹੋਇਆ ਕਿ ਇਟਸ ਅ ਲਾਈਨ ਆਫ ਪੂਰੀ ਲਾਈਨ ਲੱਗੀ ਹੁੰਦਾ ਕਿ ਉੱਪਰੋਂ ਇਫ ਸੰਬੜੀ ਇਫ ਤੁਹਾਨੂੰ ਸਰਕਾਰ ਹੀ ਅਗਰ ਸਪੋਰਟ ਕਰ ਰਹੀ ਹੈ ਤਾਂ ਪਿੰਡ ਦਾ ਵਿਕਾਸ ਤਾਂ ਹੋਏਗਾ। ਜੇ ਪਿੰਡ ਦੇ ਵਿੱਚ ਆਪਣਾ ਹੀ ਜਥੇਦਾਰ ਹੋਏਗਾ ਜਾਂ ਆਪਣੀ ਪਾਰਟੀ ਦਾ ਬੰਦਾ ਹੋਏਗਾ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਚੈੱਕ ਦੇਣੇ ਹੀ ਸੀਗੇ। ਹੁਣ ਕਾਂਗਰਸ ਦੇ ਕੋਲ ਵੀ ਇਹੀ ਚੀਜ਼ ਹੈ ਕਿ ਕਾਂਗਰਸ ਦੇ ਕੋਲ ਵੀ ਡਾਊਨ ਦਾ ਲਾਈਨ ਜਿਹੜਾ ਕਹਿ ਸਕਦੇ ਹੋ ਕਿ ਜਿਹੜਾ ਪਾਵਰ ਦਾ ਸਭ ਤੋਂ ਲੋਅਰ ਲੈਵਲ ਹੈ, ਜ਼ਿਲ੍ਹਾ ਪਰਿਸ਼ਦ, ਪੰਚ, ਸਰਪੰਚ, ਜੇ ਉਹ ਕਾਂਗਰਸ ਦੇ ਹੀ ਹੋ ਜਾਣਗੇ ਸਿੱਧੇ ਤਾਂ ਉਹ ਪਿੰਡਾਂ ਦਾ ਵਿਕਾਸ ਕਰ ਸਕਦੇ ਆ। ਹੁਣ ਅੱਜ ਦੀ ਡੇਟ ਵਿੱਚ ਕੀ ਹੈ, ਹੁਣ ਪਿੰਡ ਸਰਪੰਚ ਤਾਂ ਪੁਰਾਣੇ ਨੇ ਸਾਰੇ, ਸਰਕਾਰ ਕਾਂਗਰਸ ਦੀ ਹੈ, ਹੁਣ ਕੱਲ੍ਹ ਨੂੰ ਇਹ ਲੌਜਿਕ ਹੋ ਸਕਦਾ ਕਿ ਸਾਨੂੰ ਤਾਂ ਸਪੋਰਟ ਹੀ ਨਹੀਂ ਕੀਤਾ। ਹੁਣ ਜਿਸ ਤਰ੍ਹਾਂ ਕੋਈ ਕਹੇ ਜੀ ਸਰਕਾਰ, ਹੁਣ ਪੰਜਾਬ ਕਾਂਗਰਸ ਕਹੇ ਜੀ ਸਾਡੀ ਸਰਕਾਰ ਹੈ ਕਾਂਗਰਸ, ਪਰ ਮੋਦੀ ਸਰਕਾਰ ਸਾਨੂੰ ਮਦਦ ਨਹੀਂ ਦਿੰਦੀ, ਸਾਨੂੰ ਪੂਰੀ ਇਮਦਾਦ ਨਹੀਂ ਦਿੰਦੀ, ਸਾਨੂੰ ਪੂਰਾ ਇਨਸੈਂਟਿਵ ਨਹੀਂ ਦਿੰਦੀ, ਉਹ ਹੀ ਚੀਜ਼ ਹੁੰਦੀ ਕਿ ਪੰਚ ਸਰਪੰਚ ਵੀ ਕਹਿ ਸਕਦੇ ਕਾਂਗਰਸ ਸਰਕਾਰ ਪੰਚ। ਇਸ ਵਾਸਤੇ ਪੰਚਾਇਤ ਚੋਣਾਂ ਕਰਾਈਆਂ ਜਾ ਰਹੀਆਂ ਨੇ ਜਸਟ ਟੂ ਫਾਈਂਡ ਆਊਟ ਕਿ ਕੀ ਇਹਦਾ ਲੈਵਲ ਹੈ, ਔਰ ਜੋ ਮੈਨੂੰ ਲੱਗਦਾ
ਜੀ ਮੈਂ ਸ਼ਰਮਾ ਜੀ ਦੇ ਨਾਲ ਸਹਿਮਤ ਹੁੰਦਾ ਹੋਇਆ ਨਾ ਇੱਕ ਗੱਲ ਜ਼ਰੂਰ ਐਡ ਕਰਨਾ ਚਾਹੁੰਦਾ। ਇੱਕ ਤਾਂ ਤੁਸੀਂ ਕੁਐਸਚਨ ਕੀਤਾ ਸੀ ਕਿ ਜੇ ਡ੍ਰੌਪ ਟੈਸਟ ਕੀਤੇ ਜਾਂਦੇ ਆ ਕੈਂਡੀਡੇਟਾਂ ਦੇ ਤੇ ਇਹਦਾ ਮੀਨਿੰਗ ਇਹ ਆ ਅਸੀਂ ਸਟੇਟ ਵੇ ਲੈ ਸਕਦੇ ਹਾਂ ਕਿ ਅਸੀਂ 100% ਐਡਮਿਟ ਕਰਦੇ ਹਾਂ ਕਿ ਪੰਜਾਬ ਦਾ ਹਰ ਇੱਕ ਨਾਗਰਿਕ ਜਿਹੜਾ ਉਹ ਡਰੱਗੀ ਹੈ ਜਾਂ ਸ਼ਰਾਬੀ ਆ। ਇਹਦਾ ਮੀਨਿੰਗ ਇਹ ਕੱਢਿਆ ਜਾ ਸਕਦਾ ਨੈਗੇਟਿਵ ਪੋਜ਼ਿਟਿਵ ਦੋਨੇ ਚੀਜ਼ਾਂ ਸਾਨੂੰ ਦੇਖਣੀਆਂ ਚਾਹੀਦੀਆਂ ਨੇ ਜੇ ਅਸੀਂ ਇਸ ਲੈਨ ਤੇ ਚੱਲਦੇ। ਦੁਨੀਆ ਚ ਕੋਈ ਐਸਾ ਦੇਸ਼ ਕੋਈ ਐਸੀ ਕੰਟਰੀ ਐਸੀ ਨਹੀਂ ਹੋਈ ਜਿਨ੍ਹਾਂ ਨੇ ਆਪਣੇ ਦੇਸ਼ ਨੂੰ ਆਪਣੇ ਸੂਬੇ ਨੂੰ ਆਪਣੇ ਲੋਕਾਂ ਨੂੰ ਇਸ ਲੈਵਲ ਤੇ ਲੈ ਗਏ ਹੋਣ ਕਿ ਅਸੀਂ ਹਰ ਇੱਕ ਬੰਦੇ ਦੇ ਉੱਤੇ ਸ਼ੱਕ ਕਰੀਏ ਕਿ ਇਹ ਟੈਸਟ ਕਰੀਏ ਕਿ ਕੈਂਡੀਡੇਟ ਵੀ ਜਿਹੜਾ ਹੈ ਉਹ ਡਰੱਗੀ ਤੇ ਨਹੀਂ। ਅਸੀਂ ਉਸ ਪਾਸੇ ਵੱਲ ਨੂੰ ਚੱਲ ਰਹੇ ਹਾਂ। ਇੱਕ ਗੱਲ ਇਹ ਆ, ਦੂਸਰੀ ਗੱਲ ਜਿਹੜੀ ਤੁਸੀਂ ਕੀਤੀ ਹੈ ਐਜੂਕੇਸ਼ਨ ਦੀ, ਐਜੂਕੇਸ਼ਨ ਬੰਦੇ ਦੀ ਕੋਈ ਜ਼ਰੂਰਤ ਨਹੀਂ ਕਿ ਉਹਦੇ ਕੋਲ ਨੌਲੇਜ ਜਿਹੜਾ ਸੂਬੇ ਦਾ ਦੇਸ਼ ਦਾ ਕਲਚਰ ਦਾ ਆਪਣੇ ਇਲਾਕੇ ਦਾ ਹੋਵੇ। ਐਜੂਕੇਸ਼ਨ ਲੈਣੀ ਸਕੂਲ ਦੇ ਵਿੱਚ ਜੋ ਵੀ ਆਪਾਂ ਦੇ ਰਹੇ ਹਾਂ ਕਾਲਜ ਯੂਨੀਵਰਸਿਟੀ ਦੀ, ਇੱਕ ਸਬਜੈਕਟ ਤੇ ਐਜੂਕੇਸ਼ਨ ਹੈ, ਲੈਂਗੁਏਜ ਤੇ ਸ਼ਬਦਾਂ ਤੇ ਉਹਦੀ ਪਕੜ ਹੋ ਸਕਦੀ ਹੈ, ਪਰ ਨੌਲੇਜ ਰੱਖਣਾ ਜਿਹੜਾ ਹੈ ਆਪਣੇ ਸੂਬੇ ਦਾ ਆਪਣੇ ਦੇਸ਼ ਦਾ ਆਪਣੇ ਲੋਕਾਂ ਦਾ ਆਪਣੇ ਕਲਚਰ ਦਾ ਆਪਣੇ ਰਿਲੀਜੀਅਸ ਦਾ ਇਹ ਟੋਟਲੀ ਇੱਕ ਅਲੱਗ ਗੱਲ ਹੈ। ਸੋ ਨੌਲੇਜੇਬਲ ਹੋਣਾ ਔਰ ਐਜੂਕੇਟਡ ਹੋਣਾ ਇੱਕ ਦੋ ਚੀਜ਼ਾਂ ਨੇ। ਓਕੇ, ਇੱਕ ਹੁਣ ਜਿਹੜੀ ਸ਼ਰਮਾ ਜੀ ਗੱਲ ਕਰ ਰਹੇ ਸੀ ਕਿ ਕਾਂਗਰਸ ਨੂੰ ਬੈਨੀਫਿਟ ਮਿਲਣ ਵਾਲਾ ਹੈ, ਮੈਂ ਇਹਨਾਂ ਨਾਲ ਸਹਿਮਤ ਹੁੰਦਾ ਹੋਇਆ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਇਸੇ ਬਾਈਬਲ ਕਲਾ ਵਾਲੇ ਕੇਸ ਨੂੰ 2019 ਦੀਆਂ ਇਲੈਕਸ਼ਨਾਂ ਦੇ ਨਾਲ ਜੋੜ ਸਕਦੇ ਸਨ, ਉੱਥੇ ਬੈਨੀਫਿਟ ਲੈ ਸਕਦੇ ਸਨ ਕਿਉਂਕਿ ਕੈਪਟਨ ਸਾਹਿਬ ਦਾ ਹਮੇਸ਼ਾ ਹੀ ਇੰਟਰਸਟ ਪੰਜਾਬ ਨਾਲ ਰਿਹਾ, ਉਹਨਾਂ ਦਾ ਕੇਂਦਰ 'ਚ ਨਹੀਂ ਜੀ। ਉਹਨਾਂ ਨੇ ਇਹਨੂੰ ਕੈਸ਼ ਕੀਤਾ ਹੁਣ ਜੀ, ਪੰਚਾਇਤੀ ਚੋਣਾਂ ਦੇ ਸਮੇਂ ਉਹਨਾਂ ਨੇ ਕੈਸ਼ ਕੀਤਾ ਕਿ ਇਸ ਵੇਲੇ ਜੇ ਉਹਨਾਂ ਨੂੰ ਕੋਈ ਡੈਮੇਜ ਕਰ ਸਕਦਾ ਸੀ ਤੇ ਉਹ ਅਕਾਲੀ ਦਲ ਕਰ ਸਕਦਾ ਸੀ ਕਿਉਂਕਿ ਆਪ ਦੇ ਵਿੱਚ ਬਿਲਕੁਲ ਜਾਣ ਨਹੀਂ ਤੇ ਹੋਰ ਦੂਜੀਆਂ ਪਾਰਟੀਆਂ 'ਚ ਵੀ ਛੋਟੀਆਂ ਛੋਟੀਆਂ ਜਿਹੜੇ ਫਿਰਕੇ ਦੀਆਂ ਨੇ ਉਹਨਾਂ 'ਚ ਵੀ ਕਿਸੇ 'ਚ ਜਾਣ ਨਹੀਂ ਸੀ ਤੇ ਉਹ ਅਕਾਲੀ ਦਲ ਕੋਲ ਇੱਕ ਪਾਵਰ ਸੀ, ਉਹਨਾਂ ਨੇ ਉਹਨੂੰ ਡੈਮੇਜ ਕੀਤਾ ਇਸ ਬਾਬਿਲ ਕਲਾ ਨੂੰ ਮੁੱਖ ਰੱਖਦਿਆਂ ਹੋਇਆ ਉਹਨਾਂ ਨੇ ਉਹ ਸਿਆਸਤ ਇੱਕ ਪੰਜਾਬ ਦੀ। ਮੈਂ ਇਹ ਕਹਾਂਗਾ ਕਿ ਸਾਡੀ ਬਦਕਿਸਮਤ ਹੀ ਹੈ ਜਿਹੜੀ ਵੀ ਪਾਰਟੀ ਹੈ ਨਾ ਪਾਵਰ 'ਚ ਹੁੰਦੀ ਉਹ ਦੂਸਰੇ ਨੂੰ ਡੈਮੇਜ ਕਰਨ ਦੇ ਲਈ ਪਲਾਨ ਕਰਦੀ ਹੈ, ਨਾ ਕਿ ਜੋ ਹਾਲਾਤ ਹੁੰਦੇ ਨੇ ਉਹਦੇ ਮੁਤਾਬਕ ਚੱਲਦੀ ਹੈ। ਆਈ ਐਗਰੀ, ਪਲਾਨ ਕਰਕੇ ਜੀ, ਹਾਂਜੀ, ਸੋ ਪਲਾਨ ਕਰਕੇ ਅਸੀਂ ਇੱਕ ਦੂਸਰੇ ਨੂੰ ਡੈਮੇਜ ਕਰਦੇ ਹਾਂ। ਸੋ ਕੈਪਟਨ ਸਾਹਿਬ ਨੇ ਉਹ ਪੱਕਾ ਖੇਡ ਲਿਆ ਤੇ ਇਹਦਾ ਬੈਨੀਫਿਟ 100% ਜਿਸ ਤਰ੍ਹਾਂ ਸ਼ਰਮਾ ਸਾਹਿਬ ਨੇ ਕਿਹਾ ਕਿ ਉਹ ਕਾਂਗਰਸ ਸਰਕਾਰ ਨੂੰ ਹੋਵੇਗਾ ਇਹਦੇ 'ਚ ਫਾਇਦਾ, ਪਰ ਉਹਦੇ ਨਾਲ ਇਹਨਾਂ ਨੂੰ ਆਉਣ ਵਾਲੇ ਸਮੇਂ 'ਚ ਨੁਕਸਾਨ ਵੱਡਾ ਹੋਏਗਾ। ਦੂਸਰਾ, ਇੱਕ ਤੇ ਪੰਜਾਬ ਦਾ ਹਾਲਾਤ ਜਿਹੜੇ ਨੇ ਉਹ ਵਿਗੜ ਸਕਦੇ ਨੇ ਹੁਣ, ਇਹ ਅਸੀਂ ਉਸ ਇੱਕ ਖੰਡੇ ਦੀ ਧਾਰ ਤੇ ਆਣ ਕੇ ਖੜੇ ਹੋ ਗਏ ਹਾਂ ਜਿੱਥੇ ਜਾ ਕੇ ਜੋ ਅਸੀਂ 84 'ਚ ਵੇਖਿਆ ਸੀ ਤੇ ਹੋ ਸਕਦਾ ਜੇ ਦੂਜੀਆਂ ਪਾਰਟੀਆਂ ਵੀ ਏਦਾਂ ਹੀ ਇੱਕ ਦੂਸਰੇ ਨੂੰ ਟੈਸ਼ ਚਾ ਰਹੀਆਂ ਕਹਿਣ ਲੱਗ ਪਈਆਂ ਕਿ ਅਸੀਂ ਕਰਕੇ ਦਿਖਾਵਾਂਗੇ ਆਹ ਕਰਾਂਗੇ ਤੇ ਸਮਝ ਲਓ ਪੰਜਾਬ ਦਾ ਮਾਹੌਲ ਵਿਦ ਇਨ ਮੰਥ 2 ਮੰਥ ਦੇ ਵਿੱਚ ਵਿਗੜਿਆ ਲਓ। ਇਹ ਬੜਾ ਖਤਰਨਾਕ ਖੇਡ ਅਸੀਂ ਖੇਡੀ ਹੈ। ਸਾਨੂੰ ਰਾਜਨੀਤਿਕਾਂ ਨੂੰ ਖਾਸ ਕਰਕੇ ਧਾਰਮਿਕ ਇਸ਼ੂਆਂ ਨੂੰ ਸਾਹਮਣੇ ਨਹੀਂ ਲਿਆਉਣਾ ਚਾਹੀਦਾ ਸੱਤਾ ਦੇ ਵਿੱਚ ਆਉਣ ਲਈ, ਪਰ ਸਾਡੀ ਬਦਕਿਸਮਤੀ ਹੈ ਕਿ ਅਸੀਂ ਉਹਨਾਂ ਕੰਟਰੀਆਂ ਦੇ ਵਿੱਚ ਧਾਰਮਿਕ ਇਸ਼ੂਆਂ ਤੋਂ ਬਗੈਰ ਰਾਜਨੀਤੀ ਕਰ ਵੀ ਨਹੀਂ ਸਕਦੇ। ਬਹੁਤ ਬਹੁਤ ਧੰਨਵਾਦ ਸੁੱਚਾ ਸਿੰਘ ਜੀ ਆਪਣੇ ਪ੍ਰਤੀਕਰਮ ਦੇਣ ਲਈ। ਹੋਰ ਕੁਝ ਕਹਿਣਾ ਚਾਹੋਗੇ ਜੀ? ਗੋ ਅਹੈਡ। ਬਾਕੀ ਤੁਸੀਂ ਜਿਹੜੀਆਂ ਗੱਲਾਂ ਹੋਰ ਜਿਹੜੀਆਂ ਨਾਲ ਕਰ ਰਹੇ ਸੀ ਮੈਂ ਸੁਣ ਰਿਹਾ ਸੀ, ਪਰ ਉਹ ਦਿਮਾਗ 'ਚ ਨਿਕਲ ਗਈ ਹੈ ਨਾ ਕਰਨ ਦੇ ਤੇ ਅੱਛਾ ਪ੍ਰੋਗਰਾਮ ਚੱਲਦਾ ਹੈ, ਪਰ ਮੈਂ ਸੋਚਦਾ ਸੀ ਕਿ ਆਪਾਂ ਇਹਦੇ ਤੇ ਵਿਚਾਰ ਜ਼ਰੂਰ ਕਰੀਏ। ਇੱਕ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਮੈਸੇਜ ਜ਼ਰੂਰ ਦੇਣਾ ਚਾਹੁੰਦਾ ਕਿ ਸਾਨੂੰ ਜਿਹੜੀ ਹੈ ਇਸ਼ੂ ਬੇਸਡ ਰਾਜਨੀਤੀ ਕਰਨੀ ਚਾਹੀਦੀ ਹੈ ਕਿਉਂਕਿ ਅਸੀਂ ਮੋਸਟਲੀ ਜਿਹੜੇ ਇੱਥੇ ਬਾਹਰਲੀਆਂ ਕੰਟਰੀ ਵਾਲੇ ਆ ਨਾ ਉਹ ਕੰਪੇਅਰ ਕਰਦੇ ਹਾਂ ਯੂਕੇ ਯੂਰਪ ਨੂੰ ਪੰਜਾਬ ਦੇ ਨਾਲ ਤੇ ਇਸ ਕਰਕੇ ਸਾਨੂੰ ਇਹ ਚਾਹੀਦਾ ਕਿ ਅਸੀਂ ਜੇ ਯੂਕੇ ਯੂਰਪ ਦੇ ਨਾਲ ਪੰਜਾਬ ਨੂੰ ਕੰਪੇਅਰ ਕਰਦੇ ਹਾਂ ਪਰ ਰਿਐਲਿਟੀ ਗ੍ਰੇ ਜਦੋਂ ਅਸੀਂ ਗਰਾਊਂਡ ਲੈਵਲ ਤੇ ਜਾ ਕੇ ਉੱਥੇ ਵਿਚਰਾਂਗੇ ਉੱਥੇ ਦੀ ਪੋਜੀਸ਼ਨ ਟੋਟਲੀ ਡਿਫਰੈਂਟ ਹੈ, ਇੱਥੇ ਦੀ ਟੋਟਲੀ ਡਿਫਰੈਂਟ ਹੈ। ਇਹਨਾਂ ਦੇ ਪੁਰਖਿਆਂ ਨੇ ਬਹੁਤ ਮਿਹਨਤਾਂ ਕਰਕੇ ਇਸ ਦੇਸ਼ ਦੇ ਵਿੱਚ ਲਾਅ ਐਂਡ ਆਰਡਰ ਜਿਹੜਾ ਹੈ, ਹੈਲਥ ਐਂਡ ਸੇਫਟੀ ਜਿਹੜੀ ਹੈ ਉਹ ਸਾਨੂੰ ਪ੍ਰੋਵਾਈਡ ਕੀਤੀਆਂ ਨੇ ਉਹਨਾਂ ਕੰਟਰੀਆਂ 'ਚ ਅਜਿਹੇ ਨਹੀਂ ਕਰ ਸਕੇ। ਹਾਂ, ਜੇ ਅਸੀਂ ਪੰਜਾਬ ਨੂੰ ਕੰਪੇਅਰ ਕਰਨਾ ਤੇ ਦੂਸਰੀਆਂ ਹਿੰਦੁਸਤਾਨ ਦੀਆਂ ਸਟੇਟਾਂ ਨਾਲ ਕੰਪੇਅਰ ਕਰਕੇ ਵੇਖੀਏ ਅਸੀਂ ਬੈਟਰ ਆ। ਅਸੀਂ ਜੇ ਹਿੰਦੁਸਤਾਨ ਨੂੰ ਬਾਕੀ ਏਸ਼ੀਆ ਦੇ ਦੇਸ਼ਾਂ ਨਾਲ ਕੰਪੇਅਰ ਕਰਕੇ ਵੇਖੀਏ ਤੇ ਕਈਆਂ ਨਾਲੋਂ ਬੈਟਰ ਆ। ਅਸੀਂ ਕੰਪੇਅਰ ਕਰਦੇ ਹਾਂ ਇਹਨਾਂ ਦੇਸ਼ਾਂ ਦੇ ਨਾਲ ਤੇ ਇਹਨਾਂ ਦੇਸ਼ਾਂ ਦੀ ਪੋਲਿਸੀ ਨੂੰ ਆਪਣੇ ਪੰਜਾਬ ਦੀ ਪੋਲਿਸੀ ਦੇ ਨਾਲ ਕੰਪੇਅਰ ਕਰਦੇ ਹਾਂ, ਇੱਥੇ ਆਣ ਕੇ ਅਸੀਂ ਮਾਰ ਖਾ ਰਹੇ ਹਾਂ, ਸਾਡਾ ਮੀਡੀਆ ਵੀ ਮਾਰ ਖਾ ਰਿਹਾ, ਅਸੀਂ
ਵੀ ਮਾਰ ਖਾ ਰਹੇ ਹਾਂ ਤੇ ਸਾਡੀਆਂ ਪੋਲੀਟੀਕਲ ਪਾਰਟੀਆਂ ਵੀ। ਸੋ ਸਾਨੂੰ ਚਾਹੀਦਾ ਕਿ ਤੁਹਾਡੇ ਵਰਗੇ ਬਿੱਲੀ ਆ ਜਿਹੜੇ ਨੇ ਉਹ ਪੋਜ਼ਿਟਿਵ ਰੋਲ ਜਿੱਦਾਂ ਨਿਭਾ ਰਹੇ ਨੇ ਹੋਰ ਵੀ ਪੋਜ਼ਿਟਿਵਲੀ ਇਹਨੂੰ ਨਿਭਾਉਣ, ਤਾਂ ਕਿ ਪੰਜਾਬ ਦੇ ਲੋਕ ਪੰਜਾਬੀ ਜਿਹੜੇ ਨੇ ਉਹਨਾਂ ਨੂੰ ਅਸੀਂ ਰਿਆਲਿਟੀ ਦੇ ਵਿੱਚ ਰਾਜਨੀਤੀ ਦੱਸ ਸਕੀਏ। ਕਨਿੰਗ ਰਾਜਨੀਤੀ ਜਿਹੜੀ ਆ ਉਹ ਦੇਸ਼ ਦਾ, ਪੰਜਾਬ ਦਾ, ਪੰਜਾਬ ਦੇ ਲੋਕਾਂ ਦਾ, ਸਿੱਖਾਂ ਦਾ, ਸਾਡੇ ਪੰਜਾਬੀਆਂ ਦਾ ਬੇੜਾ ਗਰਕ ਕਰ ਸਕਦੀ ਹੈ। ਔਰ ਜੇ ਅਸੀਂ ਇਸ਼ੂ ਬੇਸਡ ਗੱਲ ਕਰਾਂਗੇ, ਇਮਾਨਦਾਰੀ ਨਾਲ ਓਨੈਸਟਲੀ ਕਰਾਂਗੇ, ਤੇ ਉਹੀ ਪੰਜਾਬ ਸੂਬਾ ਦੁਨੀਆਂ ਦੇ ਉੱਤੇ ਰਾਜ ਕਰ ਸਕਦਾ। ਬਿਲਕੁਲ ਬਿਲਕੁਲ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮਚ ਸੁੱਚਾ ਸਿੰਘ ਜੀ, ਬਹੁਤ ਵਧੀਆ ਤੁਸੀਂ ਆਪਣੇ ਪ੍ਰਤੀਕਰਮ ਦਿੱਤੇ। ਮੈਂ ਦੇਖ ਪਾ ਰਿਹਾ ਹੋਰ ਕਾਫੀ ਸਾਰੇ ਕਾਲਰਸ ਇਸ ਟਾਈਮ ਫੋਨ ਲਾਈਨ ਦੇ ਉੱਤੇ ਹਨ ਜੋ ਕਿ ਸਾਨੂੰ ਕਾਲ ਕਰ ਰਹੇ ਹਨ, ਮੈਂ ਹੋਲਡ ਦੇ ਵਿੱਚ ਪਾ ਰਿਹਾ। ਇੱਥੇ ਸਮਾਂ ਮੈਨੂੰ ਇਜਾਜ਼ਤ ਦੇ ਰਿਹਾ ਇੱਕ ਨਿੱਕੇ ਜਿਹੇ ਵਕਫੇ ਦੇ ਲਈ, ਰੁਕਣ ਦੇ ਲਈ। ਬ੍ਰੇਕ ਤੋਂ ਬਾਅਦ ਅਸੀਂ ਵਿਚਾਰ ਵਟਾਂਦਰਾ ਰੱਖਾਂਗੇ ਜਾਰੀ ਇਸ ਬ੍ਰੇਕ ਤੋਂ ਬਾਅਦ।